ਅਸੀਂ ਔਖੇ ਟਾਈਮ ਬੰਦੇ ਨਾਲ ਖੜਨ ਵਾਲੇ ਹਾਂ ਅਤੇ ਚੰਗੇ ਟਾਈਮ ਉਹਦੀ ਵਾਹ ਵਾਹ 'ਚ ਭਾਵੇਂ ਅਸੀਂ ਨਾ ਸ਼ਰੀਕ ਹੋਈਏ ਕਿਸੇ ਦੇ ਪ੍ਰੋਗਰਾਮ 'ਚ, ਔਖੇ ਟਾਈਮ ਜ਼ਰੂਰ ਹੁੰਦੇ ਆ। ਅਤੇ ਕਿਸੇ ਨੂੰ ਵੀ ਜਦੋਂ ਜ਼ਿੰਦਗੀ ਦੇ ਵਿੱਚ ਜੇ ਹਾਰਡ ਟਾਈਮ ਆ ਨਾ, ਤਾਂ ਕਦੇ ਵੀ ਉਹਨੂੰ ਉਹ ਤੋਂ ਹਾਰਡ ਟਾਈਮ ਨਾ ਦਿਓ। ਜਦੋਂ ਬੰਦਾ ਕਦੇ ਵੀ ਤੁਸੀਂ ਦਿੱਕਤ ਦੇ ਵਿੱਚ ਹੋ ਨਾ, ਤਾਂ ਉਹਦੇ 'ਤੇ ਸਵਾਦ ਨਾ ਲਓ। ਹਮੇਸ਼ਾ ਹਰੇਕ ਬੰਦੇ ਨੂੰ ਐਪਰੀਸ਼ੀਏਟ ਹੀ ਕਰੋ, ਬਿਨਾਂ ਗੱਲੋਂ ਕਿਸੇ ਨੂੰ ਤੁਸੀਂ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਕਿਸੇ ਨੂੰ ਦਿਲੋਂ ਦੁਖੀ ਨਾ ਕਰੋ, ਦੁਖੀ ਕਰਨਾ ਸਭ ਤੋਂ ਮਾੜਾ, ਅਤੇ ਦੁਖੀ ਨਾ ਕਰੋ। ਦੋਸਤੋ, ਗਾਇਕ ਤਰਸੇਮ ਜੱਸੜ ਵੱਲੋਂ ਸਿੱਧੂ ਮੂਸੇਵਾਲ ਨੂੰ ਹਾਰ ਤੋਂ ਬਾਅਦ ਠੋਕਵੀਂ ਸਪੋਰਟ ਅਤੇ ਸਿੱਧੂ ਦੀ ਹਾਲੀਵੁੱਡ ਰੈਪਰ ਮਰਸੀ ਨਾਲ ਈਪੀ ਤਿਆਰ, ਪਊਗੀ ਪੂਰੀ ਧੱਕ। ਇੱਥੇ ਪੂਰੀ ਖਬਰ ਜਾਣਨ ਤੋਂ ਪਹਿਲਾਂ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਰਨਾ ਨਾ ਭੁੱਲਣਾ, ਅਤੇ ਨਾਲ ਦੀ ਨਾਲ ਹੀ ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ। ਪਿਛਲੇ ਦਿਨੀ ਤੁਸੀਂ ਵੀ ਜ਼ਰੂਰ ਦੇਖਿਆ ਹੀ ਹੋਵੇਗਾ ਕਿ ਕਿਵੇਂ ਵੋਟਾਂ ਵਿੱਚ ਸਿੱਧੂ ਮੂਸੇਵਾਲ ਦੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਸ ਨੂੰ ਭੰਡਿਆ ਵੀ ਜਾ ਰਿਹਾ ਸੀ ਅਤੇ ਉਸ ਨੂੰ ਟਾਰਗੇਟ ਵੀ ਕੀਤਾ ਗਿਆ। ਇਹ ਗੱਲ ਅਸੀਂ ਉਸ ਸਮੇਂ ਵੀ ਕਹੀ ਸੀ ਕਿ ਜਿੱਤ ਹਾਰ ਹਰ ਇੱਕ ਲੜਾਈ ਵਿੱਚ ਬਣੀ ਹੀ ਰਹਿੰਦੀ ਹੈ, ਇਸ ਲਈ ਸਭ ਦਾ ਸਤਿਕਾਰ ਵੀ ਕਰਨਾ ਚਾਹੀਦਾ। ਇਸ ਸਮੇਂ ਦੌਰਾਨ ਬਹੁਤ ਹੀ ਘੱਟ ਜਣੇ ਇਹੋ ਜਿਹੇ ਦਿਖਾਈ ਦਿੱਤੇ ਜੋ ਕਿ ਸਿੱਧੂ ਦੀ ਸਪੋਰਟ ਵਿੱਚ ਖੜੇ ਹੋਣ, ਪਰ ਜੇਕਰ ਗੱਲ ਕਰੀਏ ਤਰਸੇਮ ਜੱਸੜ ਦੀ ਤਾਂ ਉਹ ਵੀ ਸਿੱਧੂ ਦੀ ਹਿਮਾਇਤ ਕਰਦੇ ਦਿਖਾਈ ਦੇ ਰਹੇ ਹਨ। ਜੀ ਹਾਂ, ਤਰਸੇਮ ਜੱਸੜ ਤੋਂ ਜਦੋਂ ਇੱਕ ਇੰਟਰਵਿਊ ਦੌਰਾਨ ਇਸੇ ਗੱਲ ਤੇ ਪੁੱਛਿਆ ਗਿਆ ਤਾਂ ਉਹਨਾਂ ਦਾ ਜਵਾਬ ਸਿੱਧੂ ਬਾਰੇ ਕੀ ਰਿਹਾ ਤੁਸੀਂ ਖੁਦ ਇੱਥੇ ਦੇਖ ਸਕਦੇ ਹੋ। ਅਸੀਂ ਔਖੇ ਟਾਈਮ ਬੰਦੇ ਨਾਲ ਖੜਨ ਵਾਲੇ ਹਾਂ ਅਤੇ ਚੰਗੇ ਟਾਈਮ ਉਹਦੀ ਵਾਹ ਵਾਹ 'ਚ ਭਾਵੇਂ ਅਸੀਂ ਨਾ ਸ਼ਰੀਕ ਹੋਈਏ ਕਿਸੇ ਦੇ ਪ੍ਰੋਗਰਾਮ 'ਚ, ਔਖੇ ਟਾਈਮ ਜ਼ਰੂਰ ਹੁੰਦੇ ਆ। ਅਤੇ ਕਿਸੇ ਨੂੰ ਵੀ ਜਦੋਂ ਜ਼ਿੰਦਗੀ ਦੇ ਵਿੱਚ ਜੇ ਹਾਰਡ ਟਾਈਮ ਆ ਨਾ, ਤਾਂ ਕਦੇ ਵੀ ਉਹਨੂੰ ਉਹ ਤੋਂ ਹਾਰਡ ਟਾਈਮ ਨਾ ਦਿਓ। ਜਦੋਂ ਬੰਦਾ ਕਦੇ ਵੀ ਤੁਸੀਂ ਦਿੱਕਤ ਦੇ ਵਿੱਚ ਹੋ ਨਾ, ਤਾਂ ਉਹਦੇ 'ਤੇ ਸਵਾਦ ਨਾ ਲਓ। ਹਮੇਸ਼ਾ ਹਰੇਕ ਬੰਦੇ ਨੂੰ ਐਪਰੀਸ਼ੀਏਟ ਹੀ ਕਰੋ, ਬਿਨਾਂ ਗੱਲੋਂ ਕਿਸੇ ਨੂੰ ਤੁਸੀਂ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਕਿਸੇ ਨੂੰ ਦਿਲੋਂ ਦੁਖੀ ਨਾ ਕਰੋ, ਦੁਖੀ ਕਰਨਾ ਸਭ ਤੋਂ ਮਾੜਾ, ਅਤੇ ਦੁਖੀ ਨਾ ਕਰੋ। ਸਿੱਧੂ ਦੇ ਜਿਹੜੇ ਵੀ ਵਿਰੋਧੀ ਕਹਿੰਦੇ ਸਨ ਕਿ ਸਿੱਧੂ ਹੁਣ ਵੋਟਾਂ ਕਰਕੇ ਖਤਮ ਹੋ ਚੁੱਕਿਆ, ਤਾਂ ਉਹ ਗਾਇਕੀ ਦੇ ਖੇਤਰ ਵਿੱਚ ਵੀ ਦੁਬਾਰਾ ਨਹੀਂ ਚੱਲ ਪਾਵੇਗਾ। ਉਹਨਾਂ ਸਭ ਲਈ ਹੀ ਸਿੱਧੂ ਦਾ ਸਰਪ੍ਰਾਈਜ਼ ਦੇਖਣ ਨੂੰ ਮਿਲ ਸਕਦਾ, ਜੋ ਕਿ ਸਿੱਧੂ ਆਪਣੀ ਨਵੀਂ ਈਪੀ ਲੈ ਕੇ ਆ ਰਿਹਾ, ਜਿਸ ਵਿੱਚ ਵੱਡੇ ਆਰਟਿਸਟ ਮੌਜੂਦ ਹੋਣਗੇ। ਮਿਊਜ਼ਿਕ ਪ੍ਰੋਡਿਊਸਰ ਸਿੰਘ ਵਿਦ ਬੈਂਸ ਵੱਲੋਂ ਆਪਣੇ ਸੋਸ਼ਲ ਮੀਡੀਆ 'ਤੇ ਦੱਸਿਆ ਜਾ ਰਿਹਾ ਹੈ ਕਿ ਹਾਲੀਵੁੱਡ ਦੇ ਮਸ਼ਹੂਰ ਰੈਪਰ ਮਰਸੀ ਦੇ ਨਾਲ ਸਿੱਧੂ ਦਾ ਜਿਹੜਾ ਪ੍ਰੋਜੈਕਟ ਤਿਆਰ ਹੋ ਰਿਹਾ, ਉਸ ਦਾ ਪੋਸਟਰ ਜਲਦੀ ਹੀ ਸ਼ੇਅਰ ਕਰਨ ਜਾ ਰਹੇ ਹਨ, ਅਤੇ ਫੈਨਸ ਦਾ ਇਸੇ 'ਤੇ ਕਹਿਣਾ ਕਿ ਸਿੱਧੂ ਇਸ ਵਾਰ ਵੀ ਪੂਰੀ ਧੱਕ ਪਾਉਂਦਾ ਦਿਖਾਈ ਦੇਵੇਗਾ ਅਤੇ ਉਸਦੀ ਇਹ ਈਪੀ ਵੀ ਪੂਰੀ ਵੱਡੀ ਸੁਪਰਹਿਟ ਜਾਵੇਗੀ। ਕਮੈਂਟ ਬਾਕਸ ਵਿੱਚ ਤੁਸੀਂ ਵੀ ਇਸ ਬਾਰੇ ਆਪਣੀ ਰਾਏ ਜ਼ਰੂਰ ਦੱਸਣਾ ਕਿ ਸਿੱਧੂ ਇਸ ਵਿੱਚ ਸਫਲ ਹੋ ਪਾਵੇਗਾ ਜਾਂ ਨਹੀਂ। ਜਿਹੜੇ ਗਿਫਟ ਦੇਣੇ ਨਾ, ਲੋਕ ਸੋਚੀ ਜਾਣਗੇ ਵੀ ਆਹ ਕੀ ਚੱਲੀ ਜਾਂਦਾ। ਇੰਨੀ ਕੁ ਗਰੰਟੀ ਹੈ ਬਾਈ, ਮੈਂ ਬਾਲਾ ਮਾਨ ਕਰਕੇ ਤਾਂ ਕਹਿਣਾ ਨੀ, ਤੁਹਾਨੂੰ ਲੋਕ ਪੁੱਛਿਆ ਕਰਨਗੇ ਗੋਰੇ ਕਾਲੇ ਵੀ ਸਿੱਧੂ ਨੂੰ ਜਾਣਦੇ ਹੋ, ਗਰੰਟੀ। ਇਸ ਦੇ ਨਾਲ ਹੀ ਇੰਸਟਾਗ੍ਰਾਮ ਉੱਪਰ ਵੀ ਵਾਇਰਲ ਪੰਜਾਬੀ ਗਿਆਨ ਨੂੰ ਫੋਲੋ ਜ਼ਰੂਰ ਕਰ ਲੈਣਾ, ਅਤੇ ਜੇਕਰ ਤੁਹਾਡੇ ਕੋਲ ਵੀ ਸਾਡੀ ਵੀਡੀਓ ਲਈ ਕੋਈ ਨਿਊਜ਼ ਹੈ ਤਾਂ ਸਾਨੂੰ ਤੁਸੀਂ ਉੱਥੇ ਦੱਸ ਸਕਦੇ ਹੋ। ਧੰਨਵਾਦ, ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ। ਦੇਖਦੇ ਰਹਿਣਾ ਵਾਇਰਲ ਪੰਜਾਬੀ ਗਿਆਨ।